ਕਿਸਾਨ ਮਜ਼ਦੂਰ ਕਮੇਟੀ ਪੰਜਾਬ ਵੱਲੋਂ ਉਲੇਖੇ ਗਏ ਪ੍ਰੋਗਰਾਮ ਤਹਿਤ ਹਲਕਾ ਦਸੂਆ ਤੋਂ ਆਪ ਵਿਧਾਇਕ ਕਰਨਵੀਰ ਘੁੰਮਣ ਦੇ ਵਿਰੁੱਧ ਰੋਸ ਜ਼ਾਹਰ ਕਰਦਿਆਂ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਲੋਹੀਆਂ ਖਾਸ ਟੀ ਪੁਆਇੰਟ ਤੇ ਪੁਤਲੇ ਫੂਕਦੇ ਹੋਏ ਜਥੇਬੰਦੀਆਂ ਦੇ ਆਗੂਆਂ ਅਤੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਆਪਣੀ ਸਰਕਾਰ ਹੋਣ ਦੇ ਬਾਵਜੂਦ ਵੀ ਝੂਠੇ ਪਰਚੇ ਹੋ ਰਹੇ ਨੇ। ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਕਿ ਇਸ ਮਾਮਲੇ ਨੂੰ ਰੱਦ ਕੀਤਾ ਜਾਵੇ ਤਾਂ ਉੱਥੇ ਹੀ ਉਹਨਾਂ ਆਪ ਵਿਧਾਇਕ ਖਿਲਾਫ਼ ਵੀ ਭੜਾਸ ਕੱਢੀ। ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ। ਅੱਜ ਹਲਕਾ ਵਿਧਾਇਕ ਕਰਨਵੀਰ ਸਿੰਘ ਘੁੰਮਣ ਜੋ MLA ਆ ਜਿਹੜੀਆਂ ਲੋਕਾਂ ਨੇ ਚੁਣ ਕੇ MLA ਬਣਾ ਕੇ ਪੰਜਾਬ ਸਰਕਾਰ ਦੇ ਕੋਲ ਬਣਾਇਆ ਸੀ ਉਹਨਾਂ ਦੇ ਉੱਤੇ ਅੱਗੇ ਰੱਦ ਕੀਤੇ ਜਾ ਰਹੇ ਆ। ਉੱਥੋਂ ਦੇ ਸਾਡੇ ਆਗੂ ਜਿਹੜੀ ਸੁਰਿੰਦਰ ਕੌਰ ਕਾਲੜਾ ਦੇ ਨਾਲ ਸੱਤ ਹੋਰ ਉਹਨਾਂ ਦੇ ਉੱਤੇ ਝੂਠਾ ਪਰਚਾ ਦਰਜ ਕੀਤਾ ਵਾ ਜਿਹੜਾ ਝੂਠਾ ਸਾਬਤ ਹੋ ਚੁੱਕਾ ਵਾ। ਪੁਲਿਸ ਪ੍ਰਸ਼ਾਸਨ ਮੰਨ ਰਿਹਾ ਵੀ ਪਰਚਾ ਝੂਠਾ ਵਾ ਪਰ ਫਿਰ ਵੀ ਉਹਨੇ ਆਪਣੀ ਧੌਣ ਵਿਖਾਉਂਦਿਆਂ ਹੋਇਆ ਪੁਲਿਸ ਪ੍ਰਸ਼ਾਸਨ 'ਤੇ ਦਬਾਅ ਪਾ ਕੇ ਬੀਬੀ ਸੁਰਿੰਦਰ ਕੌਰ ਨੂੰ 10 ਦਿਨਾਂ ਤੋਂ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਵਾ। 80 ਸਾਲਾਂ ਦੀ ਬਜ਼ੁਰਗ ਔਰਤ ਤੋਂ ਉਹ ਕੀ ਕਢਵਾਉਣਾ ਚਾਹੁੰਦੇ ਆ ਇਹ ਸਮਝ ਨਹੀਂ ਆ ਰਹੀ। ਪੰਜਾਬ ਸਰਕਾਰ ਨੂੰ ਲੋਕਾਂ ਨੇ ਬਦਲਾਅ ਵਾਸਤੇ ਚੁਣਿਆ ਸੀ ਪਰ ਅੱਜ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦੇ ਹਾਂ ਵੀ ਬਦਲੇ ਦੀ ਭਾਵਨਾ ਦੇ ਨਾਲ ਤੁਹਾਡੇ ਕੁਝ ਵਿਧਾਇਕ ਕੰਮ ਕਰ ਰਹੇ ਆ। ਸੋ ਇਹਦੇ 'ਤੇ ਜੇ ਸਰਕਾਰ ਨੇ ਗੌਰ ਨਾ ਕੀਤਾ ਪ੍ਰਸ਼ਾਸਨ ਨੇ ਇਹਨੂੰ ਨਜ਼ਰਅੰਦਾਜ਼ ਕੀਤਾ ਆਉਣ ਵਾਲੀ 18 ਰੇਲ ਦਾ ਚੰਗਾ ਵੀ ਜਾਮ ਹੋਊਗਾ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ 'ਤੇ ਪੰਜਾਬ ਸਰਕਾਰ ਦੀ ਹੋਊਗੀ।